ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਦੀ ਨਾਮਜ਼ਦਗੀਆਂ ਦੌਰਾਨ ਵੱਡੇ ਪੱਧਰ ਉੱਤੇ ਭੜਥੂ ਪੈਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਕਿਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਕਿਤੇ ਤਕਰਾਰ ਦੀ ਸਥਿਤੀ ਆ ਜਿਹੜੀ ਉਹ ਪੈਦਾ ਹੋ ਰਹੀ ਹੈ। ਤਾਂ ਹੁਣ ਇੱਕ ਖਬਰ ਆ ਜਿਹੜੀ ਉਹ ਫਰੀਦਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਉਮੀਦਵਾਰ ਸਰਪੰਚੀ ਚੋਣਾਂ ਦੇ ਲਈ ਸਰਪੰਚ ਦੇ ਨਾਮਜ਼ਦਗੀ ਫਾਰਮ ਭਰਨ ਜਾਂਦਾ ਹੈ, ਲੇਕਿਨ ਦੂਜੀ ਧਿਰ ਦੇ ਵੱਲੋਂ ਉਸਦੇ ਕਾਗਜ਼ ਖੋਹ ਲਏ ਜਾਂਦੇ ਨੇ ਅਤੇ ਸਾਹਮਣੇ ਵਗਦੀ ਨਹਿਰ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ। ਨਹਿਰ ਵਿੱਚ ਤੈਰਦੇ ਕਾਗਜ਼ਾਂ ਦੀ ਵੀਡੀਓ ਵੀ ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਦੇ ਵੱਲੋਂ ਬਣਾਈ ਗਈ ਹੈ। ਤਾਂ ਪਿੰਡ ਮੁਮਾਰਾ ਦੀ ਪੰਚਾਇਤ ਦੇ ਲਈ ਇੱਕ ਵਿਅਕਤੀ ਨੇ ਫਾਰਮ ਭਰਨੇ ਸੀ, ਜਿਸਦੇ ਫਾਰਮ ਦੂਜੀ ਧਿਰ ਨੇ ਖੋਹ ਕੇ ਨਹਿਰ ਦੇ ਵਿੱਚ ਸੁੱਟ ਦਿੱਤੇ। ਤਾਂ ਸ਼ਰੇਆਮ ਧੱਕੇਸ਼ਾਹੀ ਆ ਜਿਹੜੀ ਉਹ ਇੱਥੇ ਕੀਤੀ ਗਈ ਹੈ, ਜਿਸ ਨੂੰ ਲੈ ਕੇ ਲਗਾਤਾਰ ਖਬਰਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਅਜੇ ਬਹੁਤੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਦੋਸ਼ੀਆਂ ਦੇ ਖਿਲਾਫ਼ ਕੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ, ਲੇਕਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਡੈਮੋਕ੍ਰੇਸੀ ਲਈ ਵੀ ਖਤਰਾ ਨੇ। ਕਿਉਂਕਿ ਅਗਰ ਕੋਈ ਉਮੀਦਵਾਰ ਸਰਪੰਚ ਬਣ ਕੇ ਜਾਂ ਫਿਰ ਕੋਈ ਹੋਰ ਰਾਜਨੀਤਿਕ ਅਹੁਦਾ ਹਾਸਲ ਕਰਕੇ ਵੋਟਾਂ ਲੈ ਕੇ ਕੁਝ ਕਰਨ ਦੀ ਇੱਛਾ ਰੱਖਦਾ ਹੈ ਤਾਂ ਉਸਨੂੰ ਰੋਕਣਾ ਸਰਾਸਰ ਗਲਤ ਹੈ। ਇਸ ਤਰ੍ਹਾਂ ਦੀ ਧੱਕੇਸ਼ਾਹੀ ਆ ਜਿਹੜੀ ਉਹ ਕਿਸੇ ਵੀ ਪੱਧਰ ਉੱਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ। ਤਾਂ ਫਰੀਦਕੋਟ ਦੇ ਵਿੱਚ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਨੇ ਜਿਹੜੇ ਉਹ ਖੋਹ ਕੇ ਨਹਿਰ ਦੇ ਵਿੱਚ ਸੁੱਟ ਦਿੱਤੇ ਗਏ ਨੇ। ਪਿੰਡ ਮੁਮਾਰਾ ਦੀ ਗ੍ਰਾਮ ਪੰਚਾਇਤ ਦੇ ਲਈ ਲਖਵੀਰ ਸਿੰਘ ਦੇ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਨੇ ਜਿਹੜੇ ਉਹ ਭਰੇ ਜਾ ਰਹੇ ਸੀ, ਲੇਕਿਨ ਵਿਰੋਧੀ ਧਿਰ ਦੇ ਵੱਲੋਂ ਉਸਦੇ ਕਾਗਜ਼ ਖੋਹ ਲਏ ਜਾਂਦੇ ਨੇ ਅਤੇ ਨਹਿਰ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ। ਇਸ ਤਰ੍ਹਾਂ ਕੱਲ੍ਹ ਹੋਰ ਕਈ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ। ਤਾਂ ਦੇਵੀਗੜ੍ਹ ਦੇ ਬਲਾਕ ਭੁੰਦਰ ਹੇੜੀ ਦੇ ਵਿੱਚ ਇੱਕ BDPO ਦੇ ਵੱਲੋਂ ਪੰਚਾਇਤੀ ਉਮੀਦਵਾਰਾਂ ਨੂੰ ਗਾਲਾਂ ਕੱਢੀਆਂ ਗਈਆਂ ਸੀ। ਇਹ ਮਸਲਾ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀ, ਕਾਫੀ ਜ਼ਿਆਦਾ ਖਬਰਾਂ ਦੇ ਵਿੱਚ ਆਇਆ ਸੀ। ਦੂਜੇ ਪਾਸੇ ਗੁਰਦਾਸਪੁਰ DC ਦਫ਼ਤਰ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਨੇ ਜਿਹੜੇ ਉਹ ਭੜਕੇ ਸੀ। ਕਾਂਗਰਸ ਦੇ MP ਸੁਖਜਿੰਦਰ ਸਿੰਘ ਰੰਧਾਵਾ, LOP ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਰਿੰਦਰਮੀਤ ਸਿੰਘ ਪਹਾੜਾ ਨੇ ਜਿਹੜੇ ਉਹਨਾਂ ਦੇ ਵੱਲੋਂ DC ਦਫ਼ਤਰ ਦੇ ਵਿੱਚ ਜਾ ਕੇ ਆਪਣਾ ਮਸਲਾ ਰੱਖਿਆ ਗਿਆ ਸੀ। ਉੱਥੇ ਅਧਿਕਾਰੀਆਂ ਦੇ ਨਾਲ ਤਿੱਖੀ ਤਕਰਾਰ ਆ ਜਿਹੜੀ ਉਹ ਕਾਂਗਰਸੀ ਲੀਡਰਾਂ ਦੀ ਹੋਈ ਸੀ। ਅਤੇ ਸਭ ਤੋਂ ਵੱਡੀ ਘਟਨਾ ਜੀਰਾ ਦੇ ਵਿੱਚ ਵਾਪਰੀ ਸੀ, ਜਿੱਥੇ 5 ਸਾਲ ਪੁਰਾਣਾ ਇਤਿਹਾਸ ਆ ਜਿਹੜਾ ਉਹ ਦੁਹਰਾਇਆ ਗਿਆ ਹੈ। ਜੀਰਾ ਦੇ ਵਿੱਚ ਜੇ ਗੱਲ ਕੀਤੀ ਜਾਵੇ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਉਹ ਆਹਮੋ ਸਾਹਮਣੇ ਹੋਏ ਨੇ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਪੱਥਰਬਾਜ਼ੀ ਦੌਰਾਨ ਜ਼ਖਮੀ ਹੋਏ ਨੇ, ਇੱਟਾਂ ਰੋੜੇ ਨੇ ਜਿਹੜੇ ਉਹ ਜੰਮ ਕੇ ਚਲਾਏ ਗਏ ਨੇ। ਪੁਲਿਸ ਦੇ ਵੱਲੋਂ ਹਵਾਈ ਫਾਇਰ ਕਰਕੇ ਸਥਿਤੀ ਆ ਜਿਹੜੀ ਉਹ ਕਾਬੂ ਹੇਠ ਕੀਤੀ ਗਈ ਸੀ। ਤਾਂ ਇੱਥੇ ਵੱਡੀ ਘਟਨਾ ਜਿਹੜੀ ਉਹ ਵਾਪਰੀ ਸੀ। ਤਾਂ ਇਸ ਮਾਮਲੇ ਵਿੱਚ ਹੁਣ 750 ਅਣਪਛਾਤਿਆਂ ਦੇ ਖਿਲਾਫ਼ FIR ਆ ਜਿਹੜੀ ਉਹ ਦਰਜ ਕੀਤੀ ਗਈ ਹੈ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਸੱਤਾਧਾਰੀ ਪਾਰਟੀ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਕਹਿਣਾ ਹੈ ਕਿ ਕਾਂਗਰਸ ਦੇ ਜਿਹੜੇ ਆਗੂ ਅਤੇ ਵਰਕਰ ਨੇ ਉਹ ਲੜਾਈ ਦੀ ਮੰਸ਼ਾ ਦੇ ਨਾਲ ਹੱਥਾਂ ਵਿੱਚ ਹਥਿਆਰ ਲੈ ਕੇ, ਹੱਥਾਂ ਦੇ ਵਿੱਚ ਡੰਡੇ ਸੋਟੇ ਲੈ ਕੇ ਉੱਥੇ ਪਹੁੰਚੇ ਸੀ, ਜਿਸ ਕਰਕੇ ਇਹ ਸਾਰਾ ਟਕਰਾਅ ਹੋਇਆ। ਸਭ ਨੂੰ ਪਹਿਲਾਂ ਹੀ ਪਤਾ ਸੀ ਕਿ ਉੱਥੇ ਲੜਾਈ ਆ ਜਿਹੜੀ ਉਹ ਹੋਣੀ ਹੈ। ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਸ਼ਾਂਤੀ ਰੱਖਣ ਦੀ ਵੀ ਅਪੀਲ ਆ ਜਿਹੜੀ ਉਹ ਕੀਤੀ ਸੀ। ਲੇਕਿਨ ਇਹ ਫਰੀਦਕੋਟ ਤੋਂ ਜਿਹੜੀ ਖਬਰ ਆਈ ਹੈ, ਵਾਕਿਆ ਦੇ ਵਿੱਚ ਇੱਕ ਮੰਦਭਾਗੀ ਖਬਰ ਹੈ। ਇੱਕ ਉਮੀਦਵਾਰ ਦੇ ਹੱਕਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੈ। ਸਰਪੰਚੀ ਦੇ ਉਸਦੇ ਕਾਗਜ਼ ਖੋਹ ਕੇ ਨਹਿਰ ਦੇ ਵਿੱਚ ਸੁੱਟੇ ਗਏ ਨੇ। ਤਾਂ ਵੱਡੀਆਂ ਰੰਜਿਸ਼ਾਂ ਨੇ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਸਰਪੰਚੀ ਨੂੰ ਲੈ ਕੇ ਚੱਲਦੀਆਂ ਨੇ। ਖੰਨਾ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਆ ਜਿਹੜਾ ਉਹ ਬੀਤੇ ਦਿਨੀ ਕਰ ਦਿੱਤਾ ਗਿਆ ਸੀ। ਤਾਂ ਪਿੰਡ ਕਲੋਹਾ ਦੇ ਵਿੱਚ ਉਹ ਵਿਅਕਤੀ ਆ ਜਿਹੜਾ ਉਹ ਸਰਪੰਚੀ ਚੋਣਾਂ ਲੜਨ ਦਾ ਚਾਹਵਾਨ ਸੀ, ਲੇਕਿਨ ਦੂਜੀ ਧਿਰ ਦੇ ਵੱਲੋਂ ਉਸ ਦਾ ਕਤਲ ਆ ਜਿਹੜਾ ਉਹ ਕਰ ਦਿੱਤਾ ਗਿਆ ਸੀ। ਤਾਂ ਪਿਛਲੀਆਂ ਇਲੈਕਸ਼ਨ
ਇਲੈਕਸ਼ਨ ਦੇ ਵਿੱਚ ਵੀ ਉੱਥੇ ਰੰਜਿਸ਼ ਆ ਜਿਹੜੀ ਉਹ ਸਾਹਮਣੇ ਆਈ ਸੀ। ਤਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ, ਭਾਈਚਾਰੇ ਦੀ ਮਿਸਾਲ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ।